ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਟੂਰਿਸਟ ਵੀਜ਼ੇ ਬਾਰੇ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਅਸੀਂ ਕੋਈ ਵੀਡੀਓ ਅਪਲੋਡ ਨਹੀਂ ਸੀ ਕੀਤੀ ਉਹਦਾ ਕਾਰਨ ਇਹ ਸੀ ਕਿਉਂਕਿ ਉਹ ਪਿਛਲੇ ਟਾਈਮ ਵਿੱਚ ਵਰਲਡ ਕੱਪ ਲਈ ਬਹੁਤ ਸਾਰੀਆਂ ਐਮਬੈਸੀ ਵਿੱਚ ਫਾਈਲਾਂ ਲੱਗੀਆਂ ਜਿਨ੍ਹਾਂ ਦਾ ਡਿਸੀਜਨ ਵੀ ਬਹੁਤ ਲੇਟ ਆ ਰਿਹਾ ਸੀ ਤੇ ਜਿਹਦੇ ਵਿੱਚ ਰਿਜੈਕਟ ਵੀ ਵੀਜ਼ੇ ਬਹੁਤ ਸਾਰੇ ਹੋਏ ਆ ਜਿਹਦੇ ਵਿੱਚ ਜੇ 100 ਫਾਈਲਾਂ ਐਮਬੈਸੀ ਦੇ ਵਿੱਚ ਲੱਗੀਆਂ ਉਹਦੇ ਵਿੱਚੋਂ 80 ਫਾਈਲਾਂ ਰਿਜੈਕਟ ਹੋਈਆਂ ਤੇ 20 ਫਾਈਲਾਂ ਨੂੰ ਵੀਜ਼ੇ ਮਿਲੇ ਆ ਤੇ ਉਹਦੇ ਵਿੱਚ ਸਾਡੇ ਦੋਸਤਾਂ ਦੇ ਪੈਸੇ ਵੀ ਬਹੁਤ ਖਰਾਬ ਹੋਏ ਆ ਹੁਣ ਜਿੱਦਾਂ ਮੋਰੇ ਨਿਊ ਈਅਰ ਆ ਰਿਹਾ ਆ ਆਪਾਂ ਨਿਊ ਈਅਰ ਤੇ ਜੇ ਸਾਡੇ ਕਿਸੇ ਵੀਰ ਨੇ ਜਾਣਾ ਆ ਉਹਨੇ ਪ੍ਰੋਫਾਈਲ ਲਾਉਣੀ ਆਪਣੀ ਤਾਂ ਉਹ ਕਿਹੜੇ ਕਿਹੜੇ ਡਾਕੂਮੈਂਟ ਜੋ ਉਸ ਵੀਰ ਕੋਲੇ ਹੈਗੇ ਆ ਜੋ ਮੈਂ ਅੱਜ ਤੁਹਾਨੂੰ ਸ਼ੇਅਰ ਕਰੂੰਗਾ ਤੁਹਾਡੇ ਨਾਲ ਤਾਂ ਉਹ ਵੀਰ ਅਪਲਾਈ ਕਰ ਸਕਦਾ ਆ ਉਹ ਖੁਦ ਆਪ ਵੀ ਅਪਲਾਈ ਕਰ ਸਕਦਾ ਆ ਜੇ ਆਪਾਂ ਕਿਸੇ ਏਜੰਟ ਕੋਲ ਜਾਂਦੇ ਆ ਏਜੰਟ ਨੇ ਤਾਂ ਕਹਿ ਦੇਣਾ ਜੀ ਹਾਂਜੀ ਜੀ ਤੁਹਾਡਾ ਵੀਜ਼ਾ ਆ ਜਾਏਗਾ ਤੁਸੀਂ ਆਪਣੀ ਤੁਹਾਡੀ ਜਿਹੜੀ ਆ ਫਾਈਲ ਆ ਬਹੁਤ ਵਧੀਆ ਆ ਤੁਸੀਂ ਆਪਣੇ ਪੇਪਰ ਦੇ ਦਿਓ ਇੰਨੇ ਪੈਸੇ ਲੱਗਣਗੇ ਤੁਹਾਡਾ ਵੀਜ਼ਾ ਆ ਜਾਏਗਾ ਨਹੀਂ ਤਾਂ ਦੋਸਤੋ ਉਹਦੇ ਵਿੱਚ ਕੀ ਹੋ ਜਾਂਦਾ ਜੇ ਆਪਾਂ ਕਿਸੇ ਏਜੰਟ ਦੇ ਥਰੂ ਲਾਉਨੇ ਆ ਉਹਦੇ ਵਿੱਚ ਉਹ ਚਲੋ ਆਪਾਂ ਉਹ ਕਿਸੇ ਵੀ ਏਜੰਟ ਕੋਲ ਜਾਈਏ ਵੀਜ਼ਾ ਦੇਣਾ ਨਾ ਦੇਣਾ ਇਹ ਐਮਬੈਸੀ ਤੇ ਡਿਪੈਂਡ ਆ पर जेड़ा आपां हज़ारां रुपया एजेंटा नूं दिन्ने आ जे अज आपां जो तुहाडे नाल मैं गल्लां शेयर करूँगा जेड़ा तुहाडे कोल ओह हैगे आ डॉक्यूमेंट जे उस हिसाब नाल तुहाडी प्रोफाइल बनदी आ तां फिर तुसीं आप भी अप्लाई कर सकदे हो तां तुहाडे हज़ारां रुपये बच जाने आ तां उस तों पहलां दोस्तों जे तुसीं साडे चैनल ते पहली वारी आए तां प्लीज़ साडे चैनल नूं सबसक्राइब जरूर करियो। तो दोस्तों हुण आपां गल कर लैंदे आ न्यू ईयर ते जे साडे किसी वीर ने अपलाई करना आ तां जे वह जॉब करदा आ जॉब दे विच जे उहदी 45,000 जां 45,000 तो उत्ते सैलरी बनदी आ उहदी कोई भी जॉब आ इह नहीं हैगा भी गवर्नमेंट ही जॉब आ जे उहदी कोई प्राइवेट जॉब भी हैगी आ जे उहदी 45,000 तो जां उपर उहदी सैलरी हैगी आ ਤਾਂ ਉਹ ਵੀਰ ਅਪਲਾਈ ਕਰ ਸਕਦਾ ਆ ਤਾਂ ਉਹਦੇ ਕੋਲੋਂ ਜੋ ਬੈਂਕ ਬੈਲੈਂਸ ਆ ਘੱਟੋ ਘੱਟ 6 ਲੱਖ ਜ਼ਰੂਰ ਹੋਣਾ ਚਾਹੀਦਾ ਆ ਜੇ ਉਹਨੇ ਹੋਟਲ ਬੁਕਿੰਗ ਤੇ ਕਰਨਾ ਆ ਜੇ ਉਸ ਵੀਰ ਕੋਲ ਸਪਾਂਸਰ ਹੈਗੀ ਆ ਤਾਂ ਸਪਾਂਸਰ ਦੇ ਲਈ ਉਹਦਾ 3 ਲੱਖ ਜੇ 4 ਲੱਖ ਤਾਂ ਉਹ ਵੀ ਉਹ ਚੱਲ ਜਾਏਗਾ ਜੇ ਇੱਕ ਜਣਾ ਜਾ ਰਿਹਾ ਜੇ ਤੁਸੀਂ ਸੌਰੀ ਥੋੜ੍ਹਾ ਜਿਹਾ ਗਲਾ ਖਰਾਬ ਆ ਜੇ ਤੁਸੀਂ ਦੋ ਜਾਣੇ ਜਾ ਰਹੇ ਹੋ ਤਾਂ ਤੁਹਾਨੂੰ 6 ਲੱਖ ਤੋਂ ਉੱਤੇ ਚਾਹੀਦਾ ਜੇ ਤੁਹਾਡੇ ਕੋਲ ਸਪਾਂਸਰ ਹੈਗੀ ਆ ਜੇ ਸਪਾਂਸਰ ਨਹੀਂ ਹੈਗੀ ਤਾਂ ਜੇ ਤੁਸੀਂ ਇਕੱਲਾ ਬੰਦਾ ਜਾ ਰਿਹਾ ਤਾਂ 6 ਲੱਖ ਰੁਪਈਆ ਤੁਹਾਡੇ ਕੋਲ ਹੋਣਾ ਚਾਹੀਦਾ ਆ। ਦੂਸਰੀ ਗੱਲ ਜੇ ਤੁਸੀਂ ਉਹ ਬਿਜ਼ਨਸ ਕਰਦੇ ਹੋ ਬਿਜ਼ਨਸ ਦੇ ਵਿੱਚ ਜੋ ਤੁਹਾਡੀ ITR ਆ ITR ਤੁਹਾਡੀ 5 ਲੱਖ ਦੀ ਚੱਲਦੀ ਆ ਜੇ ਤੁਹਾਡੇ ਕੋਲ ਸਪਾਂਸਰ ਆ ਜੇ ਤੁਸੀਂ ਹੋਟਲ ਬੁਕਿੰਗ ਤੇ ਕਰਨਾ ਤਾਂ 5 ਲੱਖ ਦੀ ਤੁਹਾਡੀ ITR ਨਹੀਂ ਚੱਲੇਗੀ ਉਹਦੇ ਵਿੱਚ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਣਾ ਹੈ ਜੇ ਤੁਹਾਡੇ ਕੋਲ ਸਪਾਂਸਰ ਹੈਗੀ ਆ ਤਾਂ ਤੁਹਾਡੀ 5 ਲੱਖ ਤੱਕ ITR ਚੱਲ ਸਕਦੀ ਆ ਜੇ ਤੁਸੀਂ ਹੋਟਲ ਬੁਕਿੰਗ ਤੇ ਜਾ ਰਹੇ ਹੋ ਤਾਂ ਘੱਟੋ ਘੱਟ ਵੀ ਤੁਹਾਡੀ 6 ਲੱਖ ਦੀ ITR ਚਾਹੀਦੀ ਆ ਗਵਰਨਮੈਂਟ ਨੂੰ ਟੈਕਸ ਪੇ ਹੋਣਾ ਚਾਹੀਦਾ ਆ ਉਹਦੇ ਵਿੱਚ ਉਸ ਤੋਂ ਬਾਅਦ ਜੇ ਤੁਸੀਂ ਜੌਬ ਕਰਦੇ ਹੋ ਇਹ ਜੌਬ ਕਰਦੇ ਹੋ ਉਹਦੇ ਵਿੱਚ ਮਾਲਕਾਂ ਦੇ ਕੋਲੋਂ NOC ਲੈਟਰ ਤੁਹਾਡਾ ਉਹ ਚਾਹੀਦਾ ਆ NOC ਲੈਟਰ ਦੇ ਉੱਤੇ ਤੁਹਾਡੀ ਜਿੰਨੇ ਟਾਈਮ ਤੁਸੀਂ ਜਾਣਾ ਜੇ ਹੋਟਲ ਬੁਕਿੰਗ ਤੇ ਜਾਣਾ ਤਾਂ ਤੁਸੀਂ ਦੋਸਤੋ ਘੱਟੋ ਘੱਟ ਵੀ 10 ਦਿਨ ਦਾ ਟੂਰ ਬਣਾਇਆ ਕਰੋ ਵੱਧ ਨਾ ਬਣਾਇਆ ਕਰੋ। ਬਾਕੀ ਜਿਹੜਾ ਵੀਜ਼ਾ ਮਿਲਦਾ ਆ ਐਮਬੈਸੀ ਵੱਲੋਂ 3 ਮਹੀਨੇ ਦਾ ਹੀ ਮਿਲਦਾ ਪਰ ਜੋ ਤੁਸੀਂ ਟੂਰ ਆ ਉਹ ਤੁਸੀਂ 10 ਦਿਨ ਦਾ ਹੀ ਬਣਾਇਆ ਕਰੋ। ਉਸ ਤੋਂ ਬਾਅਦ ਤੁਹਾਡੀ ਜੋ ਇੱਕ ਕਵਰ ਲੈਟਰ ਲੱਗਣਾ ਆ NOC तो बाद तुहाडा वो कवर लैटर लगना है तुसीं खुद आप वो कवर लैटर तैयार कर सकते हैं जे साडे किसी वीर नूं नहीं कवर लैटर तैयार करना आउंदा तो मेरे नाल भी कॉन्टैक्ट कर सकदा तां मैं वो वीर नूं कवर लैटर किस तरीके नाल बनाउणा वो भी असीं दस दांगे। तां जे तुहाडा बिजनेस अपना आ उहदे विच तुहाडे कोल जिथों जे तुसीं जो वो बिजनेस करदे हो उहदे कोल तुहाडे GST वाले बिल होने चाहिदे आ वो घट्टो घट्ट भी 6 महीने पुराने तुहाडे कोल GST बिल होने चाहिदे आ GST ਦੇ ਤਾਂ ਉਹ ਬਿੱਲ ਵੀ ਤੁਹਾਡੇ ਐਮਬੈਸੀ ਦੇ ਵਿੱਚ ਨਾਲ ਲੱਗਣੇ ਆ। ਬਿਜ਼ਨਸਮੈਨ ਲਈ ਵੀ ਉਹੀ ਆ ਵੀ ਬੈਂਕ ਬੈਲੈਂਸ ਤੁਹਾਡੇ ਕੋਲ 5-6 ਲੱਖ ਤੋਂ ਉੱਤੇ ਚਾਹੀਦਾ ਜੇ ਤੁਸੀਂ ਹੋਟਲ ਬੁਕਿੰਗ ਤੇ ਜਾ ਰਹੇ ਹੋ ਜੇ ਤੁਹਾਡੇ ਕੋਲ ਸਪਾਂਸਰ ਆ ਤਾਂ ਤੁਹਾਡਾ 3 ਲੱਖ ਵੀ ਚੱਲ ਜਾਏਗਾ। ਉਸ ਤੋਂ ਬਾਅਦ ਦੋਸਤੋ ਤੁਹਾਨੂੰ ਜੇ ਹੋਟਲ ਬੁਕਿੰਗ ਤੇ ਜਾ ਰਹੇ ਹੋ ਉੱਥੇ ਹੋਟਲ ਬੁੱਕ ਕਰਾਉਣਾ ਪੈਣਾ ਆ ਉਹ ਤੁਸੀਂ ਪੇਡ ਵਾਲਾ ਹੀ ਕਰਾਓ ਇਹ ਨਾ ਤੁਸੀਂ ਕਰੋ ਵੀ ਅਸੀਂ ਜੀ ਉੱਥੇ ਜਾ ਕੇ ਪੇ ਕਰਾਂਗੇ ਪਰ ਉਹਦੇ ਵਿੱਚ ਚਾਂਸ ਬਹੁਤ ਘੱਟ ਹੁੰਦਾ ਜਦੋਂ ਤੁਸੀਂ ਇੱਥੋਂ ਪੇ ਕਰਕੇ ਜਾਂਦੇ ਆ ਤਾਂ ਐਮਬੈਸੀ ਨੂੰ ਇਹ ਥੋੜ੍ਹਾ ਸ਼ੋਰ ਹੋ ਜਾਂਦਾ ਕਿ ਹਾਂ ਬਈ ਇਸ ਬੰਦੇ ਨੇ ਪੈਸੇ ਪੇ ਕੀਤੇ ਹੋ ਹੋਟਲ ਦੇ ਤਾਂ ਇਹ ਹੋਟਲ ਦੇ ਵਿੱਚ ਜਾ ਕੇ ਉਹ ਸਟੇ ਕਰੇਗਾ ਹੀ ਕਰੇਗਾ। ਵਿੱਚ 3 ਸਾਲ ਦੀਆਂ ਤੁਹਾਡੀਆਂ ITR ਚਾਹੀਦੀਆਂ ਇੱਕ ਤੁਹਾਡੀ 6 ਲੱਖ ਦੀ ਚਾਹੀਦੀ ਹੈ ਜੇ ਹੋਟਲ ਬੁਕਿੰਗ ਆ ਉਸ ਤੋਂ ਬਾਅਦ 6 ਲੱਖ ਤੋਂ ਥੱਲੇ ਤੁਹਾਡੀਆਂ ਚਾਹੇ चार चाहे 5 लाख दियां आ तां ओह भी चल जाएगी, पर एक तुहाडियां 3 साल दी ITR लगनी, उहदे विच एक 6 लाख दी जिहड़ी लास्ट ईयर दी तुसीं लाउणी आ ओह 6 लाख दी जरूर चाहीदी आ। जे तुसीं जॉब करदे हो तां जॉब वाले वीर लई भी जिन्नी तुहाडी जॉब बनदी आ उहदे हिसाब नाल जिहड़ी ITR आ जिन्नी भी तुहाडी ओह सैलरी आ तां उन्नी तुहाडी ITR लगेगी 3 साल दियां। ते उस तो बाद दोस्तों जे तुहाडे कोल कोई जमीन जायदाद हैगी आ जे तां तुहाडे अपने नाम आ उहदी वैल्यूएशन बनाओ, जे तुहाडे फादर दे जां मदर दे नाम आ तां उहदी वैल्यूएशन दे नाल एक कचहरियां चो एक्ट बनना आ तां तुसीं ओह भी जरूर बनाओ। ये पेपर तुसीं ला के आप तुसीं चैक कर सकदे हो, आप इमी अकाउंट ते जाके कोई इन्ना औखा नहीं, तुसीं इमी अकाउंट ते जाओ, इमी अकाउंट ते जाके फार्म भर के उहदे विच तुसीं अपने डॉक्यूमेंट अटैच कर सकदे आ। तां जिहड़ी इहदी फीस आ एम्बेसी दी ओह कोई $150 आ तां तुसीं जे आप अपलाई करदे आ जिहड़े आपां 1000 रुपये एजेंटां नूं दिन्ने आ तां तुहाडा उहदे विच तुहाडा ओह बचाव हो सकता है, क्योंकि देखो जिहड़ा वीज़ा देना ना देना ये अंबेसी के हत्थ आ। जिहड़े ये भी वो डॉकूमेंट मैं वो दस्से आ इहदे विच भी तुहाडे 80 तो 20% चांस आ, 80% वीज़ा लगन दे 20% रिजैक्ट होने दे, क्योंकि दोस्तों देखो ये अंबेसी के उत्ते डिपेंड आ वीज़ा देना ना देना। अंबेसी कई वेले तां जिहड़े साडे वीरां को ITR 4 लाख दी आ जां बैंक बैलेंस 2-4 लाख दा आ उहनां नूं भी वीज़ा देण दी आ, ते कई वेले जिन्हां दी ITR 6-7 लाख दी आ ते बैंक बैलेंस 10-12 लाख आ उहनां नूं भी नहीं वीज़ा दिंदी, ये अंबेसी ते डिपेंड आ। पर जिहड़े आ मैं पेपर दस्से आ इहदे विच 80 तो 20% चांस आ। तो दोस्तों तुसीं आप अपलाई कर सकते हो नवें साल ते इमी अकाउंट ते जाके। बाकी साडे किसी वीर नूं जां भैन नूं कवर लैटर बनाउण च कोई भी दिक्कत आ रही है मेरे नाल कॉन्टैक्ट कर सकदा ते मैं उन्होंने दस दूँगा जां उन्हां नूं असीं कवर लैटर बना के दे दांगे। तो दोस्तों अज्ज दी वीडियो दे विच आपां इन्नी जानकारी देनी सी, कोई जल्दी अगली कोई जानकारी लैके आवांगे।